ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਣੀ ਤਿਆਰੀ ਹੋਣੀ ਹੈ ਜਲੰਧਰ ਜਾਣ ਦੀ ਤੇ ਇੱਥੇ ਮੈਂ ਤੇ ਪ੍ਰਭ ਇੱਕ ਦੂਜੇ ਨਾਲ ਲੜਨ ਡਿਆ ਹਾਂ ਕਿ ਦੋਵਾਂ 'ਚ ਸੋਨਾ ਕੌਣ ਲੱਗਣ ਡਿਆ ਤੁਸੀਂ ਦੱਸਿਓ ਵੀ ਕੌਣ ਸੋਨਾ ਲੱਗਣ ਡਿਆ ਸਾਡੇ ਦੋਵਾਂ ਵਿੱਚੋਂ ਤੇ ਬਾਅਦ ਵਿੱਚ ਆਪਾਂ ਮਿਲੇ ਟੂ ਵੀ ਹੁਣਾ ਨੂੰ ਜਦੋਂ ਮੈਂ ਟੂ ਵੀ ਹੁਣਾ ਨੂੰ ਆਵਾਜ਼ ਮਾਰੀ ਤੇ ਦੋਵੇਂ ਮੇਰੇ ਨਾਲ ਵੇਖਣ ਡਿਆ ਪੇ ਬੱਚਨਾਂ ਨਾਲ ਮੈਂ ਕੀਤਾ ਬਾਏ ਬਾਏ ਤੇ ਫਿਰ ਆਪਾਂ ਮੰਮੀ ਨੂੰ ਵੀ ਮਿਲੇ ਤੇ ਮੰਮੀ ਮਜ਼ਾਕ ਕਰਨ ਡਈ ਵੀ ਇੰਨਾ ਕੁਝ ਲੈ ਕੇ ਜਾਂਦੇ ਮੈਂ ਮੰਮੀ ਠੰਡ ਬਹੁਤ ਆ ਉਸ ਤੋਂ ਬਾਅਦ ਆਪਾਂ ਤੁਰ ਪਏ ਤੇ ਮੈਂ ਦਿੱਥੇ ਸਟੋਰ ਲੈ ਲੇਵੇ ਇੱਧਰ ਧੁੱਪ ਲੱਗੀ ਪਰ ਜਦੋਂ ਅਸੀਂ ਮੁਕੇ ਤਾਂ ਥੋੜਾ ਜਿਹਾ ਅੱਗੇ ਗਏ ਨਾ ਬਹੁਤ ਹੀ ਜ਼ਿਆਦਾ ਧੁੰਦ ਪਈ ਇੱਧਰ ਤੇ ਬਾਅਦ ਵਿੱਚ ਮੈਂ ਸੌਂਗੀ ਕਿਉਂਕਿ ਮੈਂ ਟਰੈਵਲ 'ਚ ਸੌਂਦੀ ਜਾਂਦੀ ਨਹੀਂ ਹੁੰਦੀ ਐ ਤਾਂ ਮਾਨਿ ਖਰਾਬ ਹੁੰਦਾ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜਲੰਧਰ ਸਲੂਨ ਦੇ ਵਿੱਚ ਇੱਥੇ ਭਾਈ ਨੇ ਸਾਨੂੰ ਵੱਖ-ਵੱਖ ਲਾਈਟਾਂ ਦਿਖਾਈਆਂ ਇਹ ਪਤਾ ਨਹੀਂ ਕਿਹੜੀ ਲਾਈਟ ਹੁੰਦੇ ਕਹਿੰਦੇ ਇਹਦੇ ਚ ਬੜੀਆਂ ਲਾਈਟਾਂ ਨਿਕਲਦੀਆਂ ਤੁਸੀਂ ਲੈ ਸਕਦੇ ਜੀ ਅਨਸਈ ਗੱਲਾਂ ਬਹੁਤ ਜਿਹੜੇ ਆਪਣੇ ਹੈਗੇ ਨਾ ਇਨਫਲੂਐਂਸਰ ਇਹ ਲਾਈਟਾਂ ਯੂਜ਼ ਕਰਦੇ ਆ ਬਟ ਮੈਂ ਤੇ ਪ੍ਰਭ ਨੇ ਅੱਜ ਤੱਕ ਰਿੰਗ ਲਾਈਟ ਨਹੀਂ ਲਈ ਹਾਡਾ ਟਾਈਮ ਹੀ ਨਹੀਂ ਲੱਗਦਾ ਉਸ ਤੋਂ ਬਾਅਦ ਪ੍ਰਭ ਦਾ ਕਾਰਬਨ ਫੇਸ਼ਲ ਦੀ ਤਿਆਰੀ ਹੋਣ ਡੈ ਵੀ ਪ੍ਰਭ ਨੇ ਬਹੁਤ ਜ਼ਿਆਦਾ ਟੈਨ ਹੋ ਗਈ ਤੇ ਇਹ ਜਿਹੜੀ ਸਾਰੀ ਟੈਨ ਨੂੰ ਆ ਰਿਮੂਵ ਕਰ ਦਿੰਦਾ ਹੈ ਤੇ ਇਦਨ ਮੇਰੇ ਫੇਸ਼ਲ ਦੀ ਤਿਆਰੀ ਹੋਣ ਦੀ ਹਾਈਡਰਾ ਫੇਸ਼ਲ ਦੀ ਤੇ ਬਾਅਦ ਵਿੱਚ ਮਸ਼ੀਨਾ ਵੇਖ ਕੇ ਤੇ ਸੱਚੀ ਡਰੀ ਲੱਗਦਾ ਪਰ ਆਪਣਾ ਜਿਹੜਾ ਫੇਸ਼ਲ ਸਟਾਰਟ ਹੋ ਗਿਆ ਹੀ ਇੱਥੇ ਇਹਨਾਂ ਨੇ ਕੀ ਕੀਤਾ ਕਿ ਮੇਰੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਕੂਲ ਯੂਜ਼ ਕੀਤੇ ਹੀ ਮਤਲਬ ਆ ਤੇ ਬਹੁਤ ਹੀ ਜ਼ਿਆਦਾ ਕੂਲ ਹੀ ਤੇ ਇਹਦੇ ਨਾਲ ਜਿੰਨੇ ਵੀ ਤੁਹਾਡੇ ਬਲੈਕ ਹੈਡ ਵਾਈਟਡ ਹੁੰਦੇ ਸਾਰੇ ਰਿਮੂਵ ਹੋ ਜਾਂਦੇ ਇਹਦੇ ਨਾਲ ਐਂਡ that is skin ਜਿਹੜੀ ਆ ਉਹ ਪੂਰੀ ਤਰ੍ਹਾਂ ਜਿਹੜੀ ਕਲੀਨ ਜੀ ਹੋ ਜਾਂਦੀ ਆ ਤੇ ਬਾਅਦ ਵਿੱਚ ਆ ਸਪਰੇਅ ਵੀ ਮਤਲਬ 올 ਇਨ ਮਤਲਬ ਕੁਵਲਮ ਆ ਕੇ ਸਾਰੀ ਗੱਲ ਦੱਸੀਏ ਤੇ ਇਹਦੇ ਨਾਲ ਤੁਹਾਡਾ ਫੇਸ ਜਿਹੜਾ ਵਾ ਬਹੁਤ ਹੀ ਜ਼ਿਆਦਾ ਗਲੋ ਕਰਦਾ ਹੈ ਤੇ ਤੁਹਾਡੇ ਫੇਸ ਤੇ ਜਿੰਨੀ ਵੀ ਟੈਨ ਆ ਪਿਗਮੈਂਟੇਸ਼ਨ ਆ ਉਹ ਰਿਮੂਵ ਹੋ ਜਾਂਦੀ ਹੈ ਬਾਕੀ ਬਲੈਮਿਸ਼ ਜਿਹੜੀ ਹੁੰਦੀ ਆ ਉਹਨੂੰ ਰਿਮੂਵ ਹੋਣ ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਉਹ ਤੁਹਾਨੂੰ ਵੀ ਪਤਾ ਆ ਰੈਗੂਲਰ ਫੇਸ਼ਲ ਲੈਂਦੇ ਰਹੋਗੇ ਤੇ ਤੁਹਾਡੇ ਬਹੁਤ ਹੀ ਜਲਦੀ ਇਹ ਫਰਕ ਪਊਗਾ ਉਸ ਤੋਂ ਬਾਅਦ ਇਧਰ ਤੁਹਾਨੂੰ ਪਤਾ ਪੱਟੀਆਂ ਜਿਹੜੀਆਂ ਯੂਜ਼ ਕਰਦੇ ਹੁੰਦੇ ਆ ਇਹ ਮੇਰੇ ਫੇਸ ਤੇ ਉਹਨੇ ਪੈਕ ਲਾ ਕੇ ਰੱਖ ਦਿੱਤੀ ਤੇ ਉਸ ਤੋਂ ਬਾਅਦ ਆ ਗਿਆ ਮਾਸਕ ਜੀ ਤੇ ਮੈਨੂੰ ਬਹੁਤ ਡਰ ਲੱਗਾ ਕਿ ਮਤਲਬ ਮੈਂ ਕਿਤੇ ਮੇਰਾ ਸਾਈ ਨਾ ਗੋਮ ਹੋ ਜੇ ਪਰ ਸਹੀ ਗੱਲ ਆ ਬਹੁਤ ਜ਼ਿਆਦਾ ਕੰਫਰਟੇਬਲ ਹੁੰਦਾ ਕਿਉਂਕਿ ਜੇ ਤੁਹੀ ਆਪਣੀ ਸਕਿਨ ਕੇਅਰ ਕਰਨੀ ਆ ਤੇ ਇਹ ਚੀਜ਼ ਤਾਂ ਤੁਹਾਨੂੰ ਕਰਨੀ ਆ ਹੀ ਪੈਣੀ ਆ ਉਸ ਤੋਂ ਬਾਅਦ ਆ ਗਿਆ ਕਿ ਰੰਗ ਬਰੰਗਾ ਜਿਹਾ ਇਹਦੇ ਨਾਲ ਜਿਹੜਾ ਤੁਹਾਡੇ ਫੇਸ ਤੇ ਮ사ਜ ਵੀ ਹੁੰਦੀ ਆ ਤੇ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਵੀ ਲੱਗਦਾ ਹੈ ਕਿ ਤੁਹਾਡੇ ਫੇਸ ਨੂੰ ਕਲੀਨ ਵੀ ਕਰਦੀ ਉਸ ਤੋਂ ਬਾਅਦ ਆਪਣੀ ਵਾਰੀ ਆ ਗਈ ਆ ਮਾਸਕ ਦੀ ਤੇ ਮਾਸਕ ਜਿਹੜਾ ਪੂਰੇ ਫੇਸ ਤੇ ਕਲੀਨ ਲਾਤਾ ਉਹਨਾਂ ਨੇ ਅੱਖਾਂ ਤੇ ਵੀ ਤੇ ਇਧਰ ਜਿਹੜਾ ਆਪਣੇ ਪ੍ਰਭ ਦੀ ਇਹ ਫਰਸਟ ਫੇਸ ਹੈ ਹੀ ਤੇ ਉਸ ਤੋਂ ਬਾਅਦ ਪ੍ਰਭ ਦੇ ਜਿਹੜੇ ਆ ਉਹਨਾਂ ਨੇ ਚੰਗੀ ਤਰ੍ਹਾਂ ਜਿਹੜੀ ਕਲੀਨਸਿੰਗ ਕੀਤੀਗੀ ਫੇਸ ਪੂਰਾ ਕਲੀਨ ਕਰ ਲੀਏ ਕਾਰਬਨ ਫੇਸ਼ਲ ਲਾਉਣ ਤੋਂ ਪਹਿਲਾਂ ਇਧਰ ਪ੍ਰਭ ਦੇ ਮਤਲਬ ਉਹਨਾਂ ਨੇ ਪੂਰੇ ਫੇਸ ਤੇ ਕਾਰਬਨ ਫੇਸ਼ਲ ਲਾ ਦਿੱਤਾ ਹੀ ਬਹੁਤ ਹੀ ਚੰਗੀ ਤਰ੍ਹਾਂ ਤੇ ਐਨਕਾ ਲਾ ਦਿੱਤੇ ਕਿਉਂਕਿ ਅੱਖਾਂ ਤੇ ਬਹੁਤ ਇਫੈਕਟ ਕਰਦੀ ਜਿਹੜੀ ਮਸ਼ੀਨ ਬਾਅਦ ਚ ਯੂਜ਼ ਕਰਨੀ ਆ ਤੇ ਉਤੋਂ ਬਾਅਦ ਵਾਰੀ ਆ ਗਈ ਆਪਣੀ ਉਹ ਮਸ਼ੀਨ ਦੀ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਮਸ਼ੀਨ ਦੀ ਫ੍ਰੀਕੁਐਂਸੀ ਸੈੱਟ ਕੀਤੀ ਵੀ ਕਿੰਨੇ ਤੇ ਚਲਾਉਣੀ ਹੈ ਕਿੱਦਾਂ ਕਰਨਾ ਸਾਰਾ ਕੁਝ ਇੱਕ ਗੰਨ ਜੀ ਹੁੰਦੀ ਆ ਸਿੱਧੀ ਫੇਸ ਤੇ ਵੱਜਦੀ ਆ ਤੇ ਮਾਸਕੂ ਦੇ ਨਾਲ ਹੀ ਲੱਤ ਦਾ ਮਤਲਬ ਇਹਨੂੰ ਹੱਥਾਂ ਨਾਲ ਹੀ ਮੁਗਬ ਨਹੀਂ ਕਰਦੇ ਹੈਗੇ ਚਲੋ ਜੀ ਫਿਰ ਫ੍ਰੀਕੁਐਂਸੀ ਸੈੱਟ ਹੋਣ ਤੋਂ ਬਾਅਦ ਜੋ ਵੀ ਜਮਾ ਘਟਾਉ ਕਰਨਾ ਹੈ ਕਰਨ ਤੋਂ ਬਾਅਦ ਪ੍ਰਾਬ ਇਹਦਰ ਵੇਟ ਕਰਨ ਦੇ ਹੈ ਤੇ ਇਧਰ ਉਹਨਾਂ ਨੇ ਸਟਾਰਟ ਕਰ ਦਿੱਤੀ ਤੁਸੀਂ ਵੇਖ ਸਕਦੇ ਕਿ ਮਤਲਬ ਉਹ ਗਨ ਦੇ ਨਾਲ ਹੀ ਉਹ ਲੇਜ਼ਰ ਜੀ ਵੱਜਦੀ ਹੈ ਉਹਦੇ ਨਾਲ ਹੀ ਜਿਹੜਾ ਮਾਹਣਾ ਲੱਤ ਦਾ ਪੈਗ ਦੇ ਨਾਲ ਨਾਲ ਤੁਹਾਡੀ ਟੈਨ ਵੀ ਰਿਮੂਵ ਹੁੰਦੀ ਹੈ ਸਾਰੀ ਟੈਨ ਰਿਮੂਵ ਹੋ ਜਾਂਦੀ ਹੈ ਇਹਦੇ ਨਾਲ ਤੁਹਾਡੀ ਤੇ ਉਸ ਤੋਂ ਬਾਅਦ ਹੀ ਸਕਦੇ ਜੇ ਕਿ ਪਰਾਪ ਦੀ ਸਾਰੀ ਟੈਨ ਜਿਹੜੀ ਆ ਰਿਮੂਵ ਹੋ ਗਈ ਫੇਸ ਵੀ ਬਹੁਤ ਜ਼ਿਆਦਾ ਗਲੋ ਕਰੰਡਿਆ ਹੀ ਪਹਿਲਾਂ ਦੀ ਤੇ ਹੁਣ ਦੀ ਮਿਲਾ ਕੇ ਤੁਸੀਂ ਵੇਖ ਸਕਦੇ ਵੀਡੀਓ ਕਿ ਕਿੰਨਾ ਹੈ ਜ਼ਿਆਦਾ ਫਰਕ ਆ ਮੈਨੂੰ ਬਹੁਤ ਵਧੀਆ ਲੱਗਾ ਉਸ ਤੋਂ ਬਾਅਦ ਆ ਜੀ ਫੇਰ ਮੇਰੇ ਤੇ ਹੀ ਕਿਉਂਕਿ ਪਰਾਪ ਦਾ ਤੇ ਫੇਸ ਹੋ ਗਿਆ ਕਲੀਅਰ ਤੇ ਹੁਣ ਇਧਰ ਆਪਣਾ ਲੱਥਣ ਡਿਆ ਹੀ ਮਾਸਕ ਤੇ ਇਹ ਮਾਸਕ ਮਰ ਪੂਰਾ ਹੀ ਜ਼ਿਆਦਾ ਇਹ ਨਾ ਚਿਪਕ ਜੇ ਜਾਂਦਾ ਫਿਰ ਇਹ ਇਦਾਂ ਹੀ ਲੱਥ ਜਾਂਦਾ ਹੁੰਦਾ ਆ ਤੇ ਉਹਨਾਂ ਨੇ ਬੜੇ ਧਿਆਨ ਨਾਲ ਮੇਰਾ ਸਾਰਾ ਜਿਹੜਾ ماسਕ ਹੈ ਰਿਮੂਵ ਕੀਤਾ ਤੁਸੀਂ ਵੇਖ ਸਕਦੇ ਕਿ ਹਨਾ ਮੈਨੂੰ ਵੀ ਆਪਣੀ ਸਕਿਨ ਬਹੁਤ ਹੀ ਜ਼ਿਆਦਾ ਵਧੀਆ ਲੱਗਣ ਢੀ ਜਿਹੜੀ ਕਿ ਨਿਕਲੀ ਵੀ ਵਧੀਆ ਹੀ ਬਹੁਤ ਹੀ ਜ਼ਿਆਦਾ ਕਲੀਅਰ ਹੋ ਗਿਆ ਹੀ ਮੇਰਾ ਫੇਸ ਤੇ ਇੱਥੇ ਪ੍ਰਭ ਨੇ ਵੀ ਫਿਰ ਰਿਵਿਊ ਦਿੱਤੇ ਕਿ ਹਾਂ ਕਹਿੰਦੇ ਵੀ ਫੇਸ ਬਹੁਤ ਜ਼ਿਆਦਾ ਕਲੀਅਰ ਲੱਗਣ ਡਿਆ ਭਾਈ ਜੰਦੇ ਲੜ ਜਗਾ ਦਿੰਨੇ ਹੋਰ ਕਲੀਅਰ ਲੱਗੂਗਾ فیر پرابھو نے ادھر اپنے ਖਾਣ ਪੀਣ ਦਾ ਇੰਤਜ਼ਾਮ ਹੋ ਗਿਆ ਹੀ ਪੂਰਾ ਪੂਰਾ ਬਹੁਤ ਕੁਝ ਮੰਗਾਇਆ ਹੀ ਭਾਜੀ ਨੇ ਮਤਲਬ ਉੱਥੋਂ ਦੇ ਕਹਿੰਦੇ ਨਵੀਂ ਦੁਕਾਨ ਖੁੱਲੀ ਐ ਟਰਾਈ ਕਰਾਉਣੇ ਬਹੁਤ ਹੀ ਵਧੀਆ ਐ ਵਧੀਆ ਸੱਚੀ ਗੱਲ ਆ ਸਭ ਕੁਝ ਇੱਥੇ ਚਲੋ ਠੀਕ ਆ ਫਿਰ ਸਾਰਿਆਂ ਨੂੰ ਬਾਏ ਬਾਏ